ਸੰਸਾਰ ਭਰ ਦੀ ਆਸਥਾ ਦਾ ਕੇਂਦਰ ਮੰਨੇ ਜਾਣ ਵਾਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਆਏ ਦਿਨ ਕੁਝ ਨੌਜਵਾਨ ਕੁੜੀਆਂ ਮੁੰਡਿਆਂ ਨੂੰ ਟਿਕਟੋਕ 'ਤੇ ਗੀਤਾਂ ਦੇ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਵਾਇਰਲ ਕਰਨ ਦੇ ਕਈ ਮਾਮਲੇ ਸਾਹਮਣੇ ਆਏ ਹਨ, ਜਿਸ ਦੇ ਚੱਲਦਿਆਂ IGPC ਵੱਲੋਂ ਦਰਬਾਰ ਸਾਹਿਬ ਵਿਖੇ ਫੋਟੋ ਅਤੇ ਵੀਡੀਓਗ੍ਰਾਫੀ ਕਰਨ 'ਤੇ ਪਾਬੰਦੀ ਲਗਾਈ ਹੈ। ਅਜਿਹੇ ਮਾਮਲੇ ਵਿੱਚ IGPC ਵੱਲੋਂ ਇੱਕ ਟਿਕਟੋਕ ਦੀ ਵਾਇਰਲ ਵੀਡੀਓ ਬਣਾਉਣ ਵਾਲਿਆਂ 'ਤੇ ਕਾਰਵਾਈ ਕਰਦਿਆਂ ਪੁਲਿਸ ਨੂੰ ਸ਼ਿਕਾਇਤ ਕੀਤੀ ਸੀ, ਜਿਸ ਦੇ ਚੱਲਦਿਆਂ ਅੱਜ ਅੰਮ੍ਰਿਤਸਰ ਪੁਲਿਸ ਵੱਲੋਂ ਹਰਿਆਣਾ ਜਮੁਨਾ ਨਗਰ ਦੇ ਰਹਿਣ ਵਾਲੇ ਦੋ ਨੌਜਵਾਨਾਂ ਸਰਬਜੀਤ ਸਿੰਘ ਸੋਨੂੰ ਅਤੇ ਮਨਦੀਪ ਸਿੰਘ ਖਿਲਾਫ਼ ਧਾਰਾ 295A ਦੇ ਤਹਿਤ ਮੁਕੱਦਮਾ ਦਰਜ ਕਰਕੇ ਗ੍ਰਿਫਤਾਰ ਕੀਤਾ ਗਿਆ। IGPC ਮੈਨੇਜਰ ਵੱਲੋਂ ਸੰਗਤਾਂ ਨੂੰ ਸੋਸ਼ਲ ਮੀਡੀਆ 'ਤੇ ਇਸ ਤਰ੍ਹਾਂ ਦੀਆਂ ਵੀਡੀਓ ਵਾਇਰਲ ਨਾ ਕਰਨ ਦੀ ਬੇਨਤੀ ਕੀਤੀ ਹੈ, ਤਾਂ ਜੋ ਭਵਿੱਖ ਵਿੱਚ ਇਸ ਤਰ੍ਹਾਂ ਦੀ ਬੇਅਦਬੀ ਨਾ ਕੀਤੀ ਜਾ ਸਕੇ। ਇਸ ਮੌਕੇ 'ਤੇ ਜਾਂਚ ਅਧਿਕਾਰੀ ਅਤੇ ਮੈਨੇਜਰ ਦਰਬਾਰ ਸਾਹਿਬ ਰਜਿੰਦਰ ਸਿੰਘ ਰੂਬੀ ਨੇ ਕਿਹਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਪਿਛਲੇ ਦਿਨੀ ਦੋ ਨੌਜਵਾਨਾਂ ਨੇ ਜਿਹੜੀ ਆ ਇੱਥੇ ਪੰਜਾਬੀ ਗਾਣਾ ਜਿਹੜਾ ਨਾ ਸੁਣਨਯੋਗ ਨਾ ਸਹਿਣਯੋਗ ਆ, ਉਹਦੇ 'ਤੇ ਟਿਕਟੋਕ ਵੀਡੀਓ ਬਣਾ ਕੇ ਜਿਹੜਾ ਉਹਨਾਂ ਨੇ ਵਾਇਰਲ ਕੀਤੀ ਆ, ਉਸ ਸੰਬੰਧੀ ਜਿਹੜਾ ਵਾ ਅਸੀਂ ਸੰਬੰਧਿਤ ਪੁਲਿਸ ਨੂੰ ਜਿਹੜਾ ਵਾ ਉਹ ਸੂਚਿਤ ਕੀਤਾ ਵਾ, ਰਿਟਨ ਸੂਚਿਤ ਕੀਤਾ ਸੀ। ਪੁਲਿਸ ਨੇ ਜਿਹੜਾ ਵਾ ਉਹਦੇ 'ਤੇ ਕਾਰਵਾਈ ਕਰਦੇ ਹਾਂ। ਦੋ ਨੌਜਵਾਨ ਜਿਨ੍ਹਾਂ ਨੇ ਟਿਕਟੋਕ 'ਤੇ ਵੀਡੀਓ ਪਾਈ ਆ, ਉਹਨਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ 'ਤੇ ਕਾਰਵਾਈ ਕੀਤੀ ਜਾ ਰਹੀ ਆ, ਉਹਨਾਂ ਨੂੰ ਜਿਹੜੀ ਆ ਪੁੱਛ ਪੜਤਾਲ ਕੀਤੀ ਜਾ ਰਹੀ ਆ। ਅਸੀਂ ਸੰਗਤ ਨੂੰ ਇਹ ਅਪੀਲ ਕਰਦੇ ਹਾਂ, ਦੂਰ ਤੋਂ ਨੇੜੇ ਆਉਣ ਵਾਲੀਆਂ ਸੰਗਤਾਂ ਨੂੰ ਅਪੀਲ ਕਰਦੇ ਹਾਂ ਵੀ ਇਸ ਸਥਾਨ 'ਤੇ ਆਣ ਕੇ ਜਿਹੜਾ ਵਾ ਵੀਡੀਓਗ੍ਰਾਫਰੀ ਜਾਂ ਇਹੋ ਜਿਹੇ ਗਾਣੇ ਲਾ ਕੇ ਟਿਕਟੋਕ 'ਤੇ ਪਾਉਣੇ ਵਾਇਰਲ ਕਰਨੇ, ਇਹ ਬਿਲਕੁਲ ਮਨਾਹੀ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਦੋ ਜਣੇ ਜੀ ਅਤੇ ਹਰਿਆਣਾ ਜਮੁਨਾ ਨਗਰ ਦੇ ਰਹਿਣ ਵਾਲੇ ਆ, ਜਿਹੜੇ ਪੁਲਿਸ ਨੇ ਗ੍ਰਿਫਤਾਰ ਕਰਕੇ ਜਿਹੜਾ ਉਹਨਾਂ 'ਤੇ ਪਰਚਾ FIR ਲੌਂਚ ਕੀਤੀ ਹੈ। ਇਹਨਾਂ ਜੀ ਹਰਿੰਦਰ ਸਿੰਘ ਪ੍ਰਕਰਮਾਂ ਦੇ ਮੈਨੇਜਰ ਨੇ ਚੌਂਕੀ ਚਾਲੀ ਗਲਿਆਰਾਂ ਨੂੰ ਆਪਣਾ ਲਿਖਤੀ ਬਿਆਨ ਦਰਜ ਕਰਾਇਆ ਸੀ ਕਿ ਕੋਈ ਦੋ ਨਾਮ ਨੂੰ ਲੜਕੇ ਜਿਹੜੇ ਉਹ ਹਰਿਮੰਦਰ ਸਾਹਿਬ ਵਿਖੇ ਆਪਣੇ ਕੋਲ ਵੀਡੀਓ ਬਣਾ ਰਹੇ ਆ ਅਤੇ ਸੋਸ਼ਲ ਮੀਡੀਆ 'ਤੇ ਵਾਇਰਲ ਕੀਤੀ ਹੈ ਨਾ, ਉਹਦੇ ਬਿਆਨ ਦੇ ਅਭਾਵ 'ਤੇ ਮੁਕੱਦਮਾ ਨੰਬਰ 99 ਅੰਡਰ ਸੈਕਸ਼ਨ 295 ਦਰਜ ਰਜਿਸਟਰ ਕਰਕੇ ਪਟੀਸ਼ਨ ਵਾਲੇ 'ਚ ਲਿਆਂਦੀ ਗਈ ਹੈ ਅਤੇ ਦੋ ਲੜਕੇ ਉਹ 'ਚੋਂ ਗ੍ਰਿਫਤਾਰ ਕੀਤੇ। ਸਰ ਜਿਹੜੀ ਵੀਡੀਓ ਟਿਕਟੋਕ 'ਤੇ ਪਾਈ ਗਈ ਹੈ ਜੀ, ਹਾਂਜੀ, ਉਹਦੇ ਬਿਹਾਵ 'ਤੇ ਹੀ ਜਿਹੜਾ ਇਹ ਕਾਰਵਾਈ ਕੀਤੀ ਗਈ ਹੈ ਜੀ। ਦੋ ਬੰਦੇ ਨੇ, ਹਾਂ, ਦੋ ਦੋਸ਼ੀ ਗ੍ਰਿਫਤਾਰ। ਕੀ ਨਾਮ ਜੀ ਉਹਨਾਂ ਦਾ? ਇੱਕ ਦਾ ਨਾਮ ਹੈਗਾ ਜੀ ਸਰਬਜੀਤ ਸਿੰਘ ਜੀ, ਇਹਨੇ ਸੋਨੂੰ ਜੀ, ਐਂਡ ਦੂਜਾ ਹੈਗਾ ਜੀ ਮਨਦੀਪ ਸਿੰਘ ਜੀ, ਸਾਨੂੰ ਦੱਸਣ ਦਾ ਇਹ ਜੀ ਗੰਗਾਨਗਰ ਦੇ ਆ, ਜਮੁਨਾ ਨਗਰ।